ਮਾਇਆ ਮਲੌਂਗ ਗਵਾਇਆ ਸਾਵਾਨੀ ਨਹੀਂ ਹੁਣ ਜਾਗੋ ਆਇਆ ਵੱਡੀ ਮਾਮੀ ਜੈਲਦਾਰ ਨੀ ਪੱਬ ਚੱਕ ਦੀ ਮਟਕ ਦੇ ਨਾਲ ਮਾਮੀ ਜੈਲਦਾਰ ਬਾਬਾ जागो च तेल पवा लो हां सना बेच जाऊंगा मैं 100 रुपए लीटर होया पे कड़ा अपने कोले पूरा सुरु ही आ आपा किदे किदे देइए कड़ा मेरी गल सुनो ਆਪਾਂ ਐ ਕਰਦੇ ਆਪਾਂ ਲਾਬੋ ਦੇ ਘਰ ਤੋਂ ਲੈ ਕੇ ਲਾਬੋ ਹੋ ਗਈ ਰਾਣੀ ਹੋ ਗਈ ਕਰਮਜੀਤ ਹੋ ਗਈ ਆਪਾਂ ਮੇਨ ਮੇਨ ਘਰਾਂ ਦੇ ਦੇ ਦਾਨੇ ਆ ਪਹਿਲਾਂ ਬਸ ਚਾਰ ਕਰਨੀ ਐ ਆਇਆ ਇਹ ਰੁੱਸ ਜਾਣਗੀਆਂ ਫਿਰ ਭਾਈ ਜੇ ਘਟ ਗਿਆ ਕੜਾ ਹਾਂ ਤੂੰ ਲਿਹਾ ਜਾ ਪੂਰ ਸਾਡਾ ਕੀ ਐ ਹਾਂ ਕਿਉਂ ਬੇਟਾ ਮੈਂ ਮੇਰਾ ਸ਼ਰੀਕੇ ਕਬੀਲੇ ਦਾ ਬਸ਼ੱਕਰ ਐ ਜੇ ਭਾਈ ਇਹਦਾ ਨਾਲ ਹਾਂ ਚੱਲ ਜੀ ਭਾਈ ਕਿਉਂ ਕੰਮ ਤਾਂ ਇਹਨੇ ਨਾ ਠੀਕ ਆ ਫਿਰ ਇਹ ਚੁੱਲੇ ਮੂਰੇ ਉੱਥੇ ਮਰ ਗਿਆ ਓਏ ਆਏ ਨਹੀਂ ਤੈਨੂੰ ਕੀ ਕੰਜਰ ਦਿਆ ਤੈਨੂੰ ਤਾਂ ਅਕਲ ਤਾਂ ਹੈ ਨਹੀਂ ਤੈਨੂੰ ਸਾਰਾ ਪਤਾ ਮੈਨੂੰ ਕੀਦੇ ਕੀ ਦੇਣਾ ਕੀਦੇ ਨਹੀਂ ਭਾਈ ਆ ਜਾ ਆ ਜਾ तेल पा दो जागो च प्रांत बदला दी किसी ने खंड घरों वाली कड़ा बना ला भाई मरने पानी च डुब गए मैनू दस दें मैं बना लिया कड़ा बनाया देगा भर के प्रांत बदला दी फ्रिज च रख लिया चंगा फिर दस दिन खाई चली मेरे घरे आटा पा के सार गया होर किसी ने बग जी तेरे छित्र मारे गल सुन लो बेटा जाने हो इन्हां दे समां दी खुशी दा टाइम आ आटा लेके किसी दे घरे जाओगे अगला थोड़े डांग लेके मगर पै जाओ हाँ। ना लैंटर पेगा जिन्हां दे ठीक है बारी बरसी खटन गया सी कहो खटके की लिया मेरे साकड़े मैं बोली पौड़ा खटके की लिया खटके लिया कैंटर करनैल कहदा दारू आम चले पुछो क्यों की गल भाई अज पै गया जिंदर दे लेंटर ताड़ी ना मारो बोली कर ताड़ी नहीं है छित्र पैण गई ताड़ी ना मारो आयो मैं जिंदर मेरी गल सुन बोलता रहा वे आटा ना लेके जा मैं ताही कहने तेन कुटूगा कोई आए करो हेलो तू आए करी जेड़ा कोई अपना कार व्यवहार है 150 देना है वो मैनू हाथ ने जो नेरा हो गया माइया मलौंग गवाइया सावानी हुण जागो आइया वड्डी मामी जैलदार नी
ਪੱਬ ਚੱਕ ਦੀ ਮਟਕ ਦੇ ਨਾਲ ਮਾਮੀ ਜੈਦਾ ਬਾਬਾ ਮੈਂ ਬੋਲਦਾ ਅਰਜਾ ਮੈਂ ਉਹ ਕਰਦਾ ਬਾਬਾ ਪੜੇ ਭਾਂਡਾ ਲੈ ਕੇ ਆਈ ਬਿੱਲ ਮਾਰਨਾ ਸਸਰੀਕਾਲ ਤਾਂ ਠੀਕ ਹੈ ਆਹ ਕਸਰ ਰਹਿ ਗਈ ਤੀ ਆਹੀ ਕਸਰ ਰਹਿ ਗਈ ਪ੍ਰਾਂਤਾਂ ਚੱਕਣ ਦੀ ਤੀਵੀਆਂ ਵਾਲੇ ਕੰਮ ਕਰ ਕੰਜਰ ਮੈਂ ਨਹੀਂ ਖਾਂਦੀ ਕਲਾ ਪੇਰਾ ਮੈਂ ਤਾਂ ਲੋੜ ਨਹੀਂ ਆਲ ਰੋਣ ਲੱਗ ਗਿਆ ਜਵਾਕ ਮੇਰੇ ਘਰ ਤੇ ਨਹੀਂ ਖੁਸ਼ ਹੋਇਆ ਅੱਜ ਤੱਕ ਕੋਈ ਵੀ ਇਹ ਦੇਖ ਲੈ ਮੱਚਦੀ ਆ ਵੀ ਘਰ ਇੱਕ ਵਾਰ ਖੜ ਜਾ ਮੈਂ ਮੇਰੇ ਘਰ ਤੇ ਬਥੇਰੀ ਖੁਸ਼ ਆ ਆ ਕੰਜਰ ਤੇ ਖੁਸ਼ ਨਹੀਂ ਹੈਗੀ ਮੈਂ ਉਹ ਤੇਲ ਡੋਲਦੇ ਕਾ ਜਾ ਕੁਝ ਹਾਂ ਨਾ ਖੁਸ਼ ਤਾਂ ਤੂੰ ਆਪਣੀ ਹੈਗੀ ਆਪਣੀ ਖੁਸ਼ ਹੈਗੀ ਤੂੰ ਬਿਲਕੁਲ ਤੂੰ ਤਾਂ ਅਮਰ ਬੇਲ ਨਾਲ ਦੀ ਆ ਲਵੇ ਲੋੜੇ ਜਾੜੀ ਕਰਦੇ ਨੇ ਜੀ ਤੇ ਚੜ ਗਈ ਹਾਂ ਤੂੰ ਜੀ ਦੇ ਵਗ ਜਾਣਾ ਉਹਦੇ ਸਫਾਈ ਕਰਿਆ ਉਹਨੇ ਜਮਾਈ ਰੜਕਾ ਫੇਰ ਉਹਨੇ ਕੰਜਰਾ ਤੂੰ ਕੰਮ ਦੇ ਫੇੜੇ ਕੀ ਕਰਦਾ ਦੀ ਅੱਜ ਕੰਮ ਕਰਦੇ ਫਿਰਦੇ ਆ ਹਾਂ ਕੰਮ ਕਰਦੇ ਤਾਂ ਭੱਜੇ ਹੋ ਤੂੰ ਤਾਂ ਗਈ ਨਹੀਂ ਹੈਗੀ ਉੱਥੇ ਹੁੰਦਾ ਉੱਥੇ ਚੌਰਾ ਨਾ ਹੋਵੇ ਕੰਜਰਾ ਜੀ ਮਾਮੀ ਜਾਰਦਾਰ ਦੀ ਜਾਗੋ ਜੱਕ ਦੀ ਬਟਕ ਦੇ ਨਾਲ ਰੋਟੀ ਲਾਹੀ ਕੱਲੇ ਨੇ ਬਸ ਲੈ ਬਈ ਸਮਾਨ ਪਵਾ ਸਾਡਾ ਪਾਓ ਕਰਾਏ ਨੂੰ ਇਹ ਆਟਾ ਹੈ ਜੀ ਮੈਂ ਖੰਡ ਪਾ ਕੇ ਘਿਓ ਪਾਲੀ ਘਰੋ ਕੜਾਹ ਤਾਂ ਬਣਾਉਣਾ ਸਾਡਾ ਮਰਦੇ ਫਿਰਦਿਆ ਤੁਹਾਡੀ ਕੜਾਹ ਕਰ ਲੈਂਦਾ ਫਿਰ ਚੱਕੀ ਫਿਰਦਾ ਪ੍ਰਾਂਤ ਕੜਾਹ ਤਾਂ ਘਰੇ ਕਰਿਆ ਹੋਇਆ ਭੁੱਲ ਗਏ ਹਲਵਾਈ ਲੜ ਕੇ ਭੱਜ ਗਿਆ ਹਾਂ ਜਮੀ ਸ਼ਰਮ ਲਾ ਰੱਖੇ ਦੇਖ ਲੈ ਹੈ ਮਨ ਸਾਹਮਣੇ ਕਰ ਦੋ ਤੁਸੀਂ ਤੇਰੇ ਕਹਿੰਦੀ ਲਾਂਬਾ ਅੰਬਾ ਤੂੰ ਪਹੁੰਚੀ ਨੀ ਅੱਜ ਬੇ ਮੈਂ ਤਾਂ ਡਰਦੀ ਨੀ ਪਹੁੰਚੀ ਉੱਥੇ ਮੇਰੀ ਲੜਾਈ ਹੋ ਜਾਂਦੀ ਇਹਦੇ ਨਾਲ ਭਾਈ ਮੈਂ ਤਾਂ ਡਰਦੀ ਨੀ ਇਹਦੇ ਨਾਲ ਆ ਦੇਖ ਲੈ ਐ ਕਰ ਮੇਰੀ ਗੱਲ ਸੁਣ ਕੱਟੇ ਨੂੰ ਚਾਚ ਪਾ ਕੇ ਦੇ ਦੇ ਆਪੀ ਖਾ ਜੂ ਤਾਈ ਹਾਂ ਉਹ ਤਾਂ ਖਾ ਜੂ ਤੂੰ ਨਾ ਖਾ ਜੇ ਤੂੰ ਖਾ ਲੈ ਮੇਰੇ ਕੀ ਨੰਗਦਾ ਨਹੀਂ ਆਪਣੇ ਬਈ ਚੱਲੀ ਆਪਾਂ ਫਿਰ ਕੀ ਕਰ ਰਹਿ ਗਏ ਚਲੋ ਆਇਓ ਚਲੋ ਹਾਂ ਦਾਣੇ ਬਸ ਸਾਗਨ ਆਪੇ ਭਜਾ ਦੂੰਗੀ ਮੈਂ ਘਰ ਦੇ ਕੇ ਦਾਣੇ ਤੇ ਸਾਗਨ ਮੈਂ ਆਪੇ ਨਾਲ ਦਾਣੇ ਸਾਗਨ ਹੋਰ ਇਹ ਇਹਦੇ ਲਈ ਲਈ ਤੂੰ ਪੈਰ ਦੀ ਬਰਾ ਕੇ ਝੂਲਾ ਬੰਨਿਆ ਹੋਇਆ ਹਾਂ ਇਹੀ ਬੰਨੂ ਝੂਲਾ ਹਾਂ ਹਾਂ ਹੋ ਲਿਆ ਦੂ ਹਾਂ ਲਿਆ ਦੂ ਇਹੀ ਬੰਨ ਕੇ ਉੱਚ ਡੋਲ ਛੋਟੇ ਜਾਗੋ ਆਈਆ ਜਾਗੋ ਆਈਆ ਪਿੰਡ ਦੇ ਕੀ ਕਹਿਣਗੇ ਨਹੀਂ ਪਿੰਡ 'ਚ ਪ੍ਰਾਂਤ ਚੱਕੀ ਫਿਰਦਾ ਚੌਰਾ ਜਮੀ ਸ਼ਰਮ ਨਹੀਂ ਮੰਨਦਾ ਹਾਏ ਹਾਏ ਸੀਬੋ ਇਹੋ ਜਿਹਾ ਬੰਦਾ ਨਾ ਕਿਸੇ ਦਾ ਹੋਵੇ ਹੇਠੀਆਂ ਕਰਾਉਂਦਾ ਫਿਰਦਾ ਕੰਜਰ ਮੇਰੀ ਹੇਠੀਆਂ ਨਹੀਂ ਮੈਂ ਨੱਕ ਕੱਢਣ ਜੋਗੀ ਛੱਡੀਂਦੇ ਨੇ ਕੰਜਰ ਨੇ ਹਾਂ ਦੇਖ ਲੈ ਉਹਨਾਂ ਦੇ ਲੈਂਟਰ ਪੈਂਦਾ ਨਹੀਂ ਪ੍ਰਾਂਤਾਂ ਹੀ ਚੱਕੀ ਫਿਰਦਾ ਮਰ ਜਾ ਨੱਕੜ ਬੋ ਕਿਸੇ ਜਿਹੇ ਬੰਦੇ ਦੇ ਮਗਰ ਲੱਗ ਗਈ ਚੁੱਕੋ ਤੂੰ ਮਰ ਜਾਣਾ ਨਾ ਮਰੇ ਨਾ ਮੰਜੀ ਦੇਵੇ ਹਾਂ ਨਾ ਮੈਂ ਮਰਦੀਆਂ ਨਾ ਇਹ ਮਰਦਾ ਲੋਕਾਂ ਤੋਂ ਗੱਲਾਂ ਕਰਾਉਣ ਨੂੰ ਕੰਜਰ ਹੋਰ ਕੀ ਹਾਲ ਆ ਪ੍ਰਧਾਨ ਸਾਹਿਬ ਕਿਵੇਂ ਹੈ ਉਹ ਠੀਕ ਹੋ ਹਾਂ ਹਾਂ ਵਧੀਆ ਛੇਰਾ ਕਿਵੇਂ ਨੇ ਸਿੱਤਾ ਹੋਣਾ ਬਸ ਸਿੱਤਾ ਤਾਂ ਪੁੱਛ ਨਾ ਤੂੰ ਬਹੁਤ ਬੁਰਾ ਹਾਲ ਹੋ ਰਿਹਾ ਕੀ ਗੱਲ ਹੋ ਗਈ ਤੀ ਹੁਣ ਸੀਜਨ ਸੂਜਨ ਲੱਗਿਆ ਹੋਇਆ ਹੈ ਅੱਛਾ ਕਬਜ਼ੇ ਵਾਲਿਆਂ ਦੇ ਫੋਨ ਆਈ ਜਾਂਦੇ ਨੇ ਲੱਤ ਕਰਕੇ ਜਾਇਆ ਜਾਂਦਾ ਨਹੀਂ ਕਿਤੇ ਕਿਵੇਂ ਆਉਂ ਲੱਤ ਲੱਤ ਤਾਂ ਜਮਾ ਠੀਕ ਆ ਦਾਣੇ ਗਿਣਦੀ ਆ ਇਹ ਤਾਂ ਊਂ ਗੇਮ ਪਾਈ ਹੋਈ ਆਪਾਂ ਨੇ ਕੋਈ ਊਂ ਬੰਨ ਰੱਖੀ ਆ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਪੈ ਬੇੜੇ 'ਚ ਸਰਦਾਰੀ ਚਿੱਟੀ ਲੋਈ ਉੱਤੇ ਆਪਣਾ ਕੀ ਦੁੱਖ ਨੇ ਕਿਵੇਂ ਗੇੜਾ ਮਾਰਿਆ ਆਪਣਾ ਫੋਨ ਆਇਆ ਸੀ ਤੇਰੇ ਘਰੋਂ ਵੀ ਦਰਦ ਹੁੰਦਾ ਇਹਦੇ ਉਹੀ ਮਰੀ ਜਾਂਦੇ ਨੇ ਲੈ ਉਹੀ ਕਿਉਂ ਮਰੀ ਜਾਂਦੇ ਨੇ ਸਾਰੀ ਤਾਂ ਰਾਤ ਨਹੀਂ ਡਾਕਟਰ ਨੇ ਸਾਨੂੰ ਟਿਕਣ ਦਿੱਤਾ ਹੈਗਾ ਕਦੇ ਤਾਂ ਹਾਏ ਮੇਰੇ ਇੱਥੇ ਦਰਦ ਹੁੰਦਾ ਕਦੇ ਮੇਰੇ ਇੱਥੇ ਦਰਦ ਹੁੰਦਾ ਹੁਣ ਮੈਂ ਭਲਾ ਇਹਦੇ ਨਾਲ ਕਿਵੇਂ ਜੁਲਾਂ ਇਹ ਤਾਂ ਮੈਨੂੰ ਕਹਿੰਦਾ ਜੀ ਦਰਦ ਹੀ ਨਹੀਂ ਹੁੰਦਾ ਮੇਰੇ ਸਾਨੂੰ ਪਤਾ ਤਾਂ ਹੈਗਾ ਇਹਦਾ ਕਿੰਨੇ ਗੱਪ ਮਾਰਦਾ ਹੈ ਸਾਰਾ ਦਿਨ ਨਾ ਝੂਠ ਬੋਲਿਆ ਕਰ ਨਾ ਇਹ ਬਿਮਾਰੀ ਡਾਕਟਰ ਤੋਂ ਕੀਲ ਕੋ ਨਹੀਂ ਹੁੰਦੀ ਹੈਗੀ ਜੇ ਦੱਸੇਗਾ ਫੇਰ ਇਲਾਜ ਹੋਊਗਾ ਡਾਕਟਰ ਸਾਹਿਬ ਨੇ ਟੀਕਾ ਲਾ ਦਿਓ ਇੱਕ ਛੱਡ ਮੈਂ ਤਾਂ ਕਹਿੰਦੀ ਦੋ ਲਾਓ ਟੀਕਾ ਤੂੰ ਮੈਂ ਕੰਨ ਤੇ ਮਾਰੂੰ ਟੀਕਾ ਕਿਉਂ ਟੀਕਾ ਤਾਂ ਲਾਉਣਾ ਪੂਰਾ ਹੁੰਦਾ ਜੇ ਪਰ ਮੇਰੀ ਗੱਲ ਸੁਣੋ ਡਾਕਟਰ ਸਾਹਿਬ ਹੁੰਦੀ ਆ ਮੈਨੂੰ ਕਿਸੇ ਨੇ ਦੱਸਿਆ ਤੀ ਵੀ ਜੇ ਤੇਰੇ ਸਰਿੰਜ ਲੱਗੀ ਤੂੰ ਮਰ ਜਾਏਗਾ ਆਪਾਂ ਨੂੰ ਤਾਂ ਬਾਹੇ ਮਾਸਡੈਂਟ ਤੋਂ ਦੇਖਾ ਕੋਈ ਨਹੀਂ ਕੁਛ ਨਹੀਂ ਹੁੰਦਾ ਖਰਾਕ ਦੇ ਦੇ ਮੈਨੂੰ ਮੈਂ ਵੀ ਗੋਲੀਆਂ ਲੈ ਲੂੰ ਪਰ ਉਹ ਪ੍ਰਧਾਨ ਸਾਹਿਬ ਮੰਨੀ ਦੀ ਹੁੰਦੀ ਆ ਮੈਂ ਹੱਥ ਬੰਨ ਦੇ ਤੇਰੇ ਜੂ ਰਾਮ ਆਜੂ ਤੈਨੂੰ ਮੇਰੀ ਤਾਂ ਗੱਲ ਸੁਣ ਲੈ ਇੰਨੀ ਛੇਤੀ ਨਹੀਂ ਤੂੰ ਮਰਦਾ ਹਲੇ ਤਾਂ ਤੈ ਮੇਰਾ ਖੂਨ ਪਤਾ ਕਿੰਨਾ ਕੁ ਤੂੰ ਸੁਣੇਗਾ
ਐ ਨਹੀਂ ਮਰਦਾ ਹੈਗਾ ਨਿਆਣਾ ਜਿਹਾ ਜਵਾਕ ਹੁੰਦਾ ਮਰ ਗਿਆ ਲੱਤ ਖੜ ਗਈ ਮੇਰੀ ਤਾਂ ਤੇਰੀ ਜਬਾਨ ਤਾਂ ਖੜਦੀ ਨੀ ਹੈਗੀ ਕਿਵੇਂ ਲੋਤਰ ਲੋਤਰ ਚੱਲਦੀ ਹੈਗੀ ਟਿਕਦੀ ਨੀ ਹੈਗਾ ਕਿਸੇ ਵੇਲੇ ਹੁਣ ਕਿਹਨੂੰ ਫੋਨ ਲਾਉਣ ਲੱਗ ਗਿਆ ਹੈਲੋ ਕਾਕਾ ਤਾਇਆ ਬੋਲਦਾ ਤੇਰਾ ਉਹ ਮੇਰੇ ਗਲਤ ਟੀਕਾ ਲਵਾਤਾ ਉਹ ਕਾਕਾ ਜੇ ਤੀਆ ਦਾ ਦਾਦੀ ਵਾਰੀ ਗੂਠਾ ਲਵਾ ਲਾ ਮੈਂ ਤੋ ਤੇਰਾ ਬਣ ਜੂ ਪੁੱਤ ਕੁਝ ਪਤਾ ਜਾਊ ਤੁਲਿਆ ਤੋ ਏ ਛੇਤੀ ਆ ਜਾ ਨਾ ਉਹਦਾ ਕੀ ਬਣਾਵੇਂਗਾ ਅੱਜ ਤੱਕ ਘਰੇ ਤਾਂ ਤੈਨੂੰ ਕੁਛ ਬਣਿਆ ਨਹੀਂ ਹੈਗਾ ਉਹਦਾ ਬਣਾਏਗਾ ਤੂੰ ਤੂੰ ਜਾਣ ਦੇ ਛੇਤੀ ਠੀਕ ਹੋ ਜੂਗੀ ਤਾਂ ਟੀਕਾ ਲਵਾਏਗਾ ਸਾਡੇ ਤਾਂ ਕੋਈ ਚਾਚੇ ਤਾਏ ਲਈ ਟੀਕਾ ਨਹੀਂ ਲਵਾਇਆ ਤੀ ਮੇਰੇ ਟੀਕਾ ਲਵਾਤਾ ਤਾਇਆ ਜਾ ਹੋਰ ਤਾਂ ਹੀ ਤਾਂ ਸਾਰੇ ਹਰੀ ਕੈਮ ਨੇ ਕੋਈ ਕਿਸੇ ਦੀ ਲੱਤ ਵਿੰਗੇ ਕਿਸੇ ਦੀ ਬਾਂਹ ਵਿੰਗੇ ਕੋਈ ਊਂ ਬਿਮਾਰ ਪਿਆਏਗਾ ਬੈਠਾ ਰਹਿ ਜੇ ਜਾ ਹੈਗਾ ਸਾਰ ਦਿਨ ਬਿਲਕਦਾ ਰਹੂਗਾ ਮਰੇਗੀ ਤੂੰ ਕੀੜੇ ਪੈ ਕੇ ਮਰੇਗੀ ਛੜੀ ਹੋਈ ਏ ਧਰਮਰਾਜ ਤੇਰੇ ਸੂਲਾ ਝਬਹੁ ਜਿਵੇਂ ਮੇਰੇ ਨਾਲ ਕਰਦੀ ਹੈ ਤੂੰ ਲੱਗਦਾ ਹੈ ਪਤਾ ਕਰਿਆ ਵੀ ਕਿਹੜੀ ਕੰਪਨੀ ਦਾ ਤੀ ਟੀਕਾ ਉਹ ਮੈਂ ਤਾਂ ਕੰਪਨੀ ਦੇਖ ਕੇ ਚੀਜ਼ ਖਰੀਦਦਾ ਹੁੰਦਾ ਤਾਂ ਕਾਕਾ ਹੁੰਦਾ ਵੀ ਛੇਤੀ ਆ ਜੇ ਤਾਂ ਨਹੀਂ ਪਤਾ ਕਦੋਂ ਪ੍ਰਣ ਤਰਾਕਦਾ ਮੈਂ ਫਲ ਜੀ ਰੀਲ ਜੀ ਚੱਲ ਨਹੀਂ ਰਹੀ ਉਸ ਹਿਸਾਬ ਨਾਲ ਬੇਟੇ ਤੂੰ ਐਂ ਦੇਖ ਵੀ ਖਾਲ ਤੇ ਬਣ ਰਹੀ ਹੈ ਗੱਲ ਫਪੜਾ ਮੈਂ ਕਹਿਣਾ ਕਾਹਨੂੰ ਕਹਿਣਾ ਉਹ ਫਪੜਾ ਜਿਹੜੇ ਹਿਸਾਬ ਨਾਲ ਤੇਰਾ ਕੱਦ ਕਾਠ ਹੈ ਸਰੀਰ ਹੈ ਜਾਨ ਭਾਈ ਤੇਰੇ ਚ ਵਾਲੀ ਆ ਮੈਂ ਇੱਕ ਗੱਲ ਦੇਖ ਲਈ ਬੇਟੇ ਜਾਨ ਤਾਂ ਤੂੰ ਪੁੱਛਣਾ ਬਸ ਜਾਨ ਤਾਂ ਟੋਟੇ ਜਿੰਨੀ ਆ ਤੇਰੇ ਫੱਪੜ ਚ ਹਾਂ ਭਾਈ ਕਹੀ ਦਾ ਕੰਮ ਤੇਰਾ ਕਰਿਆ ਹੋਇਆ ਮੈਂ ਦੇਖ ਲਿਆ ਕਹੀ ਤਾਂ ਫਿਰ ਸਮਝ ਲੈ ਸਾਰੀ ਜ਼ਿੰਦਗੀ ਕਹੀ ਨਾਲ ਹੀ ਖਪਦਿਆਂ ਦੀ ਲੱਗੀ ਹਾਂ ਸਹੀ ਗੱਲ ਹੈ ਭਾਈ ਤੇਰੀ ਮੈਂ ਤਾਂ ਉਹ ਕੀ ਬੋਲਦੇ ਨੇ ਅੰਗਰੇਜ਼ੀ ਚ ਡਰਾਈ ਫਰੂਟ ਖਾਣਾ ਅੱਛਾ ਜੀ ਹੁਣ ਵੀ ਖਾਣਾ ਹੈ ਨਿਰਣੇ ਫਫੜਾ ਤੇਰੇ ਤੇ ਮੈਂ ਕਹਿਣਾ ਫਫੜਾ ਚੱਲ ਆਪਾਂ ਚੱਲੀਏ ਉਹ ਪਰਲਾ ਖਾਲ ਰਹੇਗਾ ਕਿੱਲੇ ਕ ਦੀ ਬਾਹੀ ਆ ਉਹ ਕੱਢ ਕੇ ਆਪਾਂ ਬਾਗ ਚੱਲਾਂਗੇ ਬਾਗ ਚੱਲਦੇ ਹੁਣ ਤਾਂ ਸਰੀਰ ਬਣਿਆ ਹੋਇਆ ਕੁਛ ਮਰਜ਼ੀ ਕਰਵਾ ਲੈ ਹੁਣ ਠੰਡ ਤਾਂ ਨਹੀਂ ਲੱਗਦੀ ਠੰਡ ਲੱਗ ਜੂ ਲਵੇ ਲਾਉਣੇ ਪਿੱਛੋਂ ਕੁੜਤਾ ਤਾਂ ਦੇਖ ਮਸ਼ੀਨੇ ਨਾਲ ਭੱਜਿਆ ਹੋਇਆ ਪਿਆ ਜੰਮੀ ਕਰ ਤਾਂ ਹੀ ਮੈਂ ਤੈਨੂੰ ਕਿਹਾ ਸੀ ਤੂੰ ਕੋਟ ਮੰਗਦਾ ਦੀ ਘਰੇ ਵੀ ਉੱਥੇ ਕੰਮ ਕਰੇਗਾ ਤੈਨੂੰ ਗਰਮੀ ਆ ਜੂ ਮੱਲੋ ਮੱਲੀ ਖੇਤ ਫਿਰ ਆਈਆਂ ਨਾ ਮੈਂ ਤਾਂ ਤੈਨੂੰ ਕਹਿਣਾ ਹੁੰਦਾ ਵੀ ਕੰਮ ਕੁੰਮ ਦੱਸ ਦਿਆ ਕਰ ਐਂ ਦਾ ਫਫੜਾ ਤੇਰੇ ਤੇ ਬਾਲਾ ਮਾਣਾ ਹੁਣ ਤਾਂ ਅੱਜ ਦੀ ਘੜੀ ਤਾਂ ਤੂੰ ਹੀ ਖਿੱਚੀ ਫਿਰਦਾ ਸਾਡਾ ਕੰਮ ਹੈ ਮੈਨੂੰ ਤਾਂ ਡਾਲ ਦੀ ਸੋਚ ਨਹੀਂ ਚਾਰ ਚੂਰ ਸਭ ਤੂੰ ਪਾ ਦੇਣਾ ਵਾਹ ਹੁਣ ਮੈਨੂੰ ਕਬੀਲਦਾਰੀ ਫੜਾ ਦਿਓ ਤੁਹਾਡੇ ਘਰ ਦੀ ਹਾਂ ਹੋਰ ਜ਼ਰੂਰ ਜ਼ਰੂਰ ਹੋਰ ਇਹ ਦੇਖੀ ਗੱਲ ਬਣ ਹਾਂ ਹੁਣ ਤੂੰ ਕੱਢਦੀ ਕਾਸਰਾਂ ਕਬੀਲਦਾਰੀ ਚਲਾ ਕੇ ਸਾਡੀ ਨਹੀਂ ਮੈਂ ਮੱਚ ਗਈ ਨਹੀਂ ਕਿੰਨੀ ਬੇਸ਼ਰਮੀ ਦਵਾਉਂਦਾ ਫਿਰਦਾ ਪਿੰਡ 'ਚ ਬੇੜੀ ਬੈਠੀ ਵਾਲਾ ਮੈਨੂੰ ਤਾਂ ਕੋਈ ਖੂਹ ਖਾਤਾ ਵੀ ਨਹੀਂ ਉੱਠਦਾ ਮੈਂ ਤਾਂ ਡੁੱਬ ਕੇ ਮਰ ਜਾਂ ਹਾਂ ਬੈਠੀ ਆ ਭੈਣੇ ਨਹੀਂ ਭੈਣੇ ਉਹੀ ਬੈਠੀ ਆ ਮੈਂ ਤਾਂ
ਨਹੀਂ ਮੇਰੀ ਗੱਲ ਸੁਣ ਲੈ ਆ ਮੇਰਾ ਜੇਠ ਦੇਖੇ ਕੀ ਜਲੂਸ ਕੱਢਦਾ ਫਿਰਦਾ ਪਿੰਡ ਚ ਜਾਗੋ ਗਾਉਂਦੇ ਫਿਰਦੇ ਨੇ ਸਰ ਤੇ ਆਟੇ ਵਾਲੀ ਪਰਾਤ ਧਰ ਕੇ ਫਿਰ ਮੈਂ ਕੀ ਕਰਾਂ ਮੈਂ ਕਿਹੜਾ ਗੋਲੀ ਮਾਰਾਂ ਹੈ ਜਿਹੜਾ ਕੁਛ ਕਰਦਾ ਤੈਨੂੰ ਦੀਂਦਾ ਹੀ ਆ ਨਾਲੇ ਲੱਭੋ ਮੇਰੀ ਇੱਕ ਗੱਲ ਸੁਣ ਦੇਖ ਕਹੇ ਨੂੰ ਤਾਂ ਮੇਰਾ ਜੀ ਨਹੀਂ ਕਰਦਾ ਪਰ ਤੇਰਾ ਭਾਈ ਸਾਡੇ ਘਰੇ ਆਉਣ ਦਾ ਕੋਈ ਹੱਕ ਨਹੀਂ ਨਹੀਂ ਤੁਹਾਡੇ ਘਰੇ ਮੇਰਾ ਕੀ ਇੱਥੇ ਮੂੰਗੀ ਧਰੀਆ ਵੀ ਮੈਂ ਉਹ ਚੱਕਣ ਆਈ ਹਾਂ ਮੈਂ ਤਾਂ ਤੈਨੂੰ ਲਾਂਬਾ ਦੇਣ ਆਈ ਹਾਂ ਸਾਡੇ ਘਰੇ ਕੋਈ ਆਟਾ ਲੈ ਕੇ ਵਗਿਆ ਆਟਾ ਤਾਂ ਉਹੀ ਮਾੜਾ ਹੁੰਦਾ ਨਾਲੇ ਲਾਂਬਾ ਤਾਂ ਤੇਰੇ ਮੈਂ ਰੋਜ਼ ਝੱਲਦੀਆਂ ਸਾਡੇ ਘਰੇ ਭੈਣੇ ਬਗਾਨਾ ਬੰਦਾ ਰਹਿੰਦਾ ਤੈਨੂੰ ਪਤਾ ਹੀ ਆ ਕੋਈ ਉੱਚੀ ਨੀਵੀਂ ਗੱਲ ਹੋ ਜੇ ਫਿਰ ਤੂੰ ਮੇਰੇ ਕੋਲ ਫਿਰ ਲਾਂਬਾ ਲੈ ਕੇ ਆਉਂਦੀ ਹੈ ਨਹੀਂ ਐ ਮੇਰਾ ਦਿਮਾਗ ਖਰਾਬ ਆ ਜਦੋਂ ਅਗਲਾ ਕੋਈ ਗੱਲ ਬੋਲੂਗਾ ਫੇਰ ਹੀ ਕਹਿਣਾ ਆਉਣੀ ਹੈ ਮੈਂ ਊ ਤਾਂ ਮੈਂ ਰੋਜ਼ ਹੀ ਲਾਂਬੇ ਲੈ ਕੇ ਆਉਂਦੀ ਹਾਂ ਤੁਹਾਡੇ ਘਰੇ ਰਹੀ ਗੱਲ ਕਰਨਾ ਜਲਦੀ ਉਹ ਤਾਂ ਕੰਜਰ ਆ ਕਿਉਂ ਮੇਰੇ ਵੱਡੇ ਤੇ ਨੂਣ ਛਿੜਕਦੀ ਫਿਰਦੀ ਹੈ ਤੂੰ ਕਹਿ ਦਿੰਦੀ ਉਹ ਹਟ ਜਾਂਦਾ ਮੇਰੇ ਕਹੇ ਤੋਂ ਤਾਂ ਉਹ ਹਟਦਾ ਨਹੀਂ ਨਹੀਂ ਉਹ ਮੈਂ ਬਥੇਰਾ ਕਿਹਾ ਸੀ ਮਾ ਜੇਠਾ ਨਾ ਆਟਾ ਨਾ ਲੈ ਕੇ ਫਿਰ ਤੇਰਾ ਜਲੂਸ ਨਿਕਲ ਜੂ ਪਿੰਡ 'ਚ ਜਿੰਦਰ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ ਐਂ ਕਰੀ ਤੂੰ ਨਾ ਕੜਾ ਤਾਂ ਘਰੇ ਪਿਆ ਗਾ ਤੈਨੂੰ ਅਸੀਂ ਖੰਡ ਫੜਾ ਜਾਂਦੇ ਹਾਂ ਘਿਓ ਫੜਾ ਜਾਂਦੇ ਹਾਂ ਕੜਾ ਘਰੇ ਬਣਾ ਕੇ ਖਾ ਲੈ ਨਹੀਂ ਜਿੰਦਰ ਤਾਂ ਆਪ ਕੰਜਰ ਹੈ ਉਹਦੇ ਨਾਲ ਤੁਰਿਆ ਫਿਰਦਾ ਜਿੰਦਰ ਨੂੰ ਕੌਣ ਕਹੇ ਉਹ ਵੀ ਲੰਡਾ ਜਿਹੜਾ ਉਹ ਬਣਿਆ ਫਿਰਦਾ ਹੈਗਾ ਡੱਕੇ ਫਿਰਦੇ ਦੀ ਦਾਰੂ ਨਾਲ ਵੀ ਤੁਹਾਡੇ ਤੀਮੀਆਂ ਨੂੰ ਕਹਿ ਦਿਓ ਉਹ ਵੰਡ ਜਾਣਗੇ ਮੱਚਣੇ ਜਲੂਸ ਕੱਢਦੇ ਫਿਰ ਮੈਨੂੰ ਐਂ ਦੱਸ ਦੁਨੀਆ ਸੱਤ ਤੇ ਕੜਾ ਕਰਕੇ ਵੰਡਦੀ ਹੈ ਨਹੀਂ ਬੇੜੀ ਬੈਠੀ ਵਾਲਾ ਮਨਸਾਉਣੀ ਕਰਦਾ ਫਿਰਦਾ ਆਟਾ ਚੱਕੀ ਫਿਰਦਾ ਬੇਸ਼ਰਮ ਬੰਦਾ ਲੱਭੋ ਮੇਰਾ ਤਾਂ ਇਹੋ ਜਿਹਾ ਜੀ ਕਰਦਾ ਨਹੀਂ ਮੈਂ ਖੂਹ 'ਚ ਡੁੱਬ ਕੇ ਮਰ ਜਾਂ ਖੂਹ ਵੀ ਸੁੱਕੇ ਪਏ ਨੇ ਕਿਹੜੇ ਪਾਣੀ 'ਚ ਮਰਾਵਾਂ ਏ ਨਹੀਂ ਤੂੰ ਕਾਹਤੋਂ ਮਰੇ ਮਰਨ ਉਹ ਜਿਹੜੇ ਪੁੱਠੇ ਕੰਮ ਕਰਦੇ ਨੇ ਤੂੰ ਹੀ ਕਹੀ ਜਾਂਦੇ ਮੈਂ ਮਰ ਜਾ ਕਿ ਤੇਰੇ ਜੀ ਅੱਕੇ ਪਏ ਜ਼ਿੰਦਗੀ ਤੋਂ ਮੈਨੂੰ ਬਾਲੀ ਬਿਚਾਰਮੀ ਹੈ ਇਹੋ ਜਿਹੇ ਬੰਦੇ ਮੇਰਾ ਨੱਕ ਨਵਿਆ ਰੱਖਿਆ ਨੱਕ ਨਹੀਂ ਮੇਰਾ ਐਡਾ ਨਕੌੜਾ ਸੀ ਪਿੰਡ 'ਚ ਵਿਹੜੀ ਬੈਠੀ ਵਾਲੇ ਨੇ ਸਾਰੀਆਂ ਆਸਾਂ 'ਤੇ ਪਾਣੀ ਫੇਰਤਾ ਕੰਜਰ ਨੇ ਮੈਂ ਕਿੱਧਰ ਜਾਵਾਂ ਐਂ ਕਰ ਮੈਂ ਤੈਨੂੰ ਇੱਕ ਸਕੀਮ ਦਿੰਦੀ ਹਾਂ ਊਂ ਤਾਂ ਇਹ ਲੋਟ ਨਹੀਂ ਆਉਂਦਾ ਜਿੱਦੇ ਦੀ ਪੀਤੀ ਹੋਈ ਦਾਰੂ ਨਾ ਇਹਨੂੰ ਰੱਸੇ ਨਾਲ ਬੰਨ ਲਈ ਸਾਰਾ ਦਿਨ ਮੁੜ ਕੇ ਖੋਲ੍ਹੀ ਨਾ ਫਿਰ ਸੁਰਤਾ ਹੋਊ ਇਹਨੂੰ ਨਹੀਂ ਪਹਿਲਾਂ ਤਾਂ ਮੈਂ ਬੋਲਦੀ ਵੀ ਹੁੰਦੀ ਡਰਦੀ ਲੱਭੋ ਇਹਦੇ ਮੂਹਰੇ ਹੁਣ ਤਾਂ ਕੰਜਰ ਨਾਲ ਮੈਂ ਬਰੋਬਰੀ ਕਰਨ ਲੱਗ ਗਈ ਹਾਂ ਇਹਦੇ ਬਰੋਬਰ ਬੋਲਦੀ ਹਾਂ ਇਹ ਫੇਰ ਵੀ ਕੰਜੇ ਹਟਦਾ ਨਹੀਂ ਮੇਰੀ ਗੱਲ ਸੁਣ ਚੰਗਾ ਮੈਂ ਤਾਂ ਨਾ ਹੁਣ ਜਾਂਦੀ ਹਾਂ ਲਾਂਬਾ ਜਿਹਾ ਦੇਣਾ ਜੀ ਤੈਨੂੰ ਮਹਾਂ ਕਿਸੇ ਦੇ ਹੋਰ ਨਾ ਵਗ ਜਾਣਾ ਆਟਾ ਲੈ ਕੇ ਅਗਲਾ ਡਾਂਗਾ ਲੈ ਕੇ ਘਰੇ ਆ ਜੂ ਧੱਕੇ ਖਾਵੇ ਜਿੱਧਰ ਮਰਜ਼ੀ ਮਰੇ ਮੈਨੂੰ ਤਾਂ ਲੋੜ ਨਹੀਂ ਖਾਲਾਂ ਦੇ ਪਿੰਡ ਤੋਂ ਸਿੱਤਰ ਆਹੀ ਕਰਤੂਤ ਹੈ ਇਹਦੀ ਆਹੀ ਕਾਸਰ ਰਹਿੰਦੀ ਤੀ ਚੱਲ ਮੈਂ ਤਾਂ ਜਾਂਦੀ ਹਾਂ ਫਿਰ ਮੇਰੇ ਬਾਰ ਖੁੱਲੇ ਪਏ ਨੇ ਕੋਈ ਨਹੀਂ ਵਗ ਜਾ ਦੇਖ ਲੈ ਬਾਗੀ ਦੇਖ ਲੈ ਕਿਵੇਂ ਤੀਵੀਆਂ ਮੁਸ਼ਕਾਂ ਲੈਂਦੀਆਂ ਫਿਰਦੀਆਂ ਨੇ ਜੇ ਮੇਰਾ ਬੰਦਾ ਮਾੜਾ ਹੈ ਮੇਰੇ ਬੰਦੇ ਮਾੜੇ ਨੇ ਮੇਰਾ ਨੱਕ ਨਵਿਆ ਰੱਖਿਆ ਤਾਂ ਤੀਵੀਆਂ ਨੂੰ ਗੱਲਾਂ ਆਉਂਦੀਆਂ ਨੇ ਸੜੀ ਹੋਈ ਹਰੇਕ ਮੈਨੂੰ ਆ ਕੇ ਲਾਂਬਾ ਦੇ ਜਾਂਦੀ ਹੈ ਆਹ ਰਹਿੰਦਾ ਖੂਨ ਦਾ ਆਹ ਵੀ ਉਹੀ ਗੱਲ ਹੈ ਕਿ ਪਿੰਡ 'ਚ ਜਲੂਸ ਕੱਢਤਾ ਵਿਹੜੀ ਬੈਠੀ ਵਾਲਾ ਅਮਲੀ ਦੀ ਘੱਗਰੀ ਵਾਂਗੂ ਹਰੇਕ ਦੇ ਵਿਹੜੇ 'ਚ ਘੱਗਰੀ ਲਾਉਂਦਾ ਫਿਰਦਾ ਚੱਕ ਕੇ ਪ੍ਰਾਂਤ ਵੀ ਤੇਰਾ ਕੀ ਕੰਮ ਹੈ ਛੱਤ ਵਾਲਿਆਂ ਛੱਤ ਪੈਂਦੀ ਹੈ ਲੈਂਟਰ ਪੈਂਦਾ ਹੈ ਤੂੰ ਕਿਉਂ ਚੱਕੀ ਫਿਰਦਾ ਘੱਗਰੀ ਆਪਦੀ ਹੈ ਬੇਸ਼ਰਮਾ ਘਰੇ ਬਹਿ ਜਾ ਕਿਉਂ ਲੋਕਾਂ ਤੋਂ ਗੱਲਾਂ ਕਰਵਾਈਆਂ ਨੇ ਕੰਜਰਾ ਮੋਰ ਕੋਈ ਨਹੀਂ ਮੋਰ ਦੀ ਤਾਂ ਆਪਦੀ ਆ ਪਹਿਲਾਂ ਪਾਉਂਦੀ ਦੁਨੀਆ ਦੇ ਸੁੱਖ ਭਾਲੀ ਆਖੇ ਮੁੜਦਾ ਬੋਲੂ ਕੱਪੜ ਪਾੜੂ ਉਹ ਕੰਮ ਆ ਤੇਰਾ ਬੇਜਿੰਦਰਾ ਮੈਨੂੰ ਐ ਦੱਸ ਬੇ ਇਹਦੀ ਤਾਂ ਸ਼ਰਮ ਲਹੀ ਹੋਈ ਆ ਤੂੰ ਵੀ ਵੇਚ ਕੇ ਖਾ ਗਿਆ ਮਰਨੇ ਆ ਸਾਰੇ ਪਿੰਡ ਚ ਆਟਾ ਵੰਡਦੇ ਫਿਰਦੇ ਮਰਨੇ ਸੌਣ ਸੱਤਰ ਕਰਦੇ ਫਿਰਦੇ ਤੁਹਾਨੂੰ ਸ਼ਰਮ ਨੀ ਆਉਂਦੀ ਮੈਂ ਤਾਂ ਆਪਣੇ ਕਨੀ ਲੈ ਕੇ ਆਇਆ ਸੀ ਇਹਨਾਂ ਨੂੰ ਇਹ ਕਹਿੰਦਾ ਮੈਂ ਸਾਰਾ ਇਹ ਆਟਾ ਸਮਝ ਸਮਾਨ ਜੋ ਵੀ ਮੈਂ ਆਪਦੇ ਤਰੀਕੇ 'ਚ ਵੰਡੂ ਮਹਾਨਾ ਆਪਾਂ ਭਾਈ ਮਹਾਂ ਲੱਭ ਹੋ ਰਹੀਆਂ ਹੋਈਆਂ ਰਾਣੀ ਹੋ ਰਹੀਆਂ ਹੋਈਆਂ ਮੈਂ ਆਪਾਂ ਇਹਨਾਂ ਨੂੰ ਵੰਡਾਂਗੇ ਪਹਿਲਾਂ ਕਿਤੇ ਇਹ ਨਾ ਰਹਿ ਜਾਣ ਆਪਣੇ ਖਾਸ ਬੰਦੇ ਬੇ ਮੇਰੀ ਗੱਲ ਸੁਣ ਬੇ ਜਿਹੜੀ ਮਾੜੀ ਮੋਟੀ ਇੱਜ਼ਤੀ ਤਰੀਕੇ 'ਚ ਉਹ ਵੀ ਕਹੋ ਕਰ ਲਈ ਤੈ ਨਾ ਤੈਨੂੰ ਸ਼ਰਮ ਨਹੀਂ ਆਟਾ ਲੈ ਕੇ ਗਲੀ 'ਚ ਫਿਰਦੇ ਨੂੰ ਹੈ ਤੂੰ ਲਾਂਭਾ ਨਹੀਂ ਦੇ ਕੇ ਆਉਣਾ ਸੀ ਤੈਨੂੰ ਆ ਤੈਨੂੰ ਬਾਟਿਕ ਅੱਡ ਕਰ ਦਿੰਦੇ ਸੂਜੀ ਦਾ ਕੜਾ ਬਿਲਕੁਲ ਤੂੰ ਲਾਂਭਾ ਜਾਈ ਜਿਹੜੀ ਇਹ ਗੱਲ ਗਲਤ ਆ ਲੱਭ ਬੇ ਤੁਹਾਡੇ ਨਾਲ ਇੱਕ ਹੋਰ ਸੀ ਉਹ ਕਿੱਧਰ ਗਿਆ ਵੇ ਹੈ ਉਹ ਕਿੱਥੇ ਬੇ ਰਾਮਾ ਰਾਮਾ ਹੈ ਨਹੀਂ ਕਿੱਥੇ ਹੈ ਉਹ ਤਾਂ ਕਲਵੀਰ ਕੀ ਗਰਕੀ 'ਚ ਵੜ ਗਿਆ ਸੀ ਮੈਂ ਕੁੰਡੀ ਲਾਤੀ ਬਾਹਰੋਂ ਮੇਰਾ ਸਾਲ ਕਿਹੜਿਆ ਤੂੰ ਕੋਈ ਚੱਜ ਦਾ ਕੰਮ ਨਾ ਕਰੀ ਕੁੰਡੀ ਕਾਹਤੋਂ ਲਾਤੀ ਸੀ ਉੱਤੋਂ ਦੀ ਐਂ ਕਰਦਾ ਇੱਟ ਡੇ ਗਿਆ ਉਹਦਾ
तेनू सीबो खवाऊ मूंगी दे मुंडा कल दा जवान बराबर खड़ी कर दी लंबी हेक लाऊंगा तूड़ी पाई मेनू सुभाष चंद्र बाड़ता तूड़ी दबण गप है समझ जो मैं अंदर तीगा गर्द च नीरे मैं तो भाई बाहर निकल के ना ठंडा ठंडा पानी पी लिया चक भाई बजाम हो गया मैनू मेरी बीबी कहनी तेरे तक किसी ने कुछ कराता बहाना बन गया हूं ये कहना मैं हूं ठीक है माड़ा है ठंड जी भी होगी आप चलिए लेंटर तेजर के तू चुप करके उरी बह जा उन्होंने नहीं पता रोड़े चल पे होना आथन होया पै तेन मैं उरी पौआ लिया दूंगा आपकी इज्जत आप दे हाथ होंगे बेरा अंग्रेजी का शब्द है डाउन टू अर्थ बंदा मैं माड़ा जिहड़ा मर्जी लिया दे बचदा तां कोई भी नहीं चाहे बोतल लिया दे रहिंदी ओह भी नहीं चुप करके उरी पै जा चंगा ठंड हो रही मट मार के चला भी नोट आ गया कम बाला शराबी हो गया कंजर दा सीरी जाई नहीं पता इत्थे टिक जे किते मालक आ गए जी चलो बढ़िया रहे हां मुड़ के पासी आलेन जो आ गए हां ओ गल हो तू आज लेंटर ते आए नहीं उना दे बस कान मेनू नसीब ने नहीं आउण दित्ता ओए ता बहुत चंद्री टीम ही है ता ए ता बहुत हां सारे पिंड च फिर के आए ए दे नाले ते परोसा फिर दादी तू फेर के आए समार के ना मेनू आ दसा हुण क्यों नीवियां पा लिया क्यों धरती च मूंह देने वाला कर रखे सारे पिंड च चर्चे हो गए चर्चे है नक कढ़ के गल नहीं करन जो करा रहा तू बड़े भाई चर्चे कराए जट ने है ओए काणू जर नजरा तेनू मैं दस दांगा उथे अज जिंदर दे पैंदा सी लिंटर ओ तां पता है सारा हां सारा पता तेनू बस उहनां दे भाई रिश्तेदार आ गए बाले समझ ते सारी अपनी इज्जत वधिया करदे ने सारे जाने उहदे मामे मासड़ फुफड़ सारे समझ की अंत आउंदा है हुण तू ऐ साहब लाला 12 13 जने सी जे एक एक पैग लाल्या 12 13 जने नाल बोतल दारू दी पीती गई बंदे पीती गई जी बिल्कुल पीती गई मेरे सादा सानू पै गया भाई झूटा दारू ढोलदी सी तेज सी थोड़ी जी अच्छा
हां भाई ये बुढ़िया ये बिच दा मचे मच गई नहीं बुढ़िया हां तू हैगा ती प्रधान बिच भाई एक दो उथू भज्जी आई आ मेनू एक गल और हुण गल सुन तू बोल ना गल सुन तू सारी हां बोल बिच भाई उथू भज्जी आई आ ये कहंदे आए करके भी बाबा पहले तो रोटियां लाउणियां ने भाई रोटियां लाही असि हां जी हां जी सारे लैंटर वाले बंदे सी सारे समझ हां हां सुन रहे फिर उदू बाद भाई कड़ा भी फेरना सी पिंड च हां ओ जम्मे बारी आपा हां मेरे ख्याल भाई उसका एक एक पैग ला के होर सातो ता किते आटे ओदे कड़ा वाली था आटे वाली परात चक्की गई शाबाश हाँ ऐ हुंदा हुंदा ओरा अगे जदो देखिया सी ता उच ता भाई आटा ए कहंदे भी हुण जाणा पू उधर फेर मां दूर वालिया कर ता गोडे रह जाणगे वहां हैं मापा ऐ कर दे अगले नूं कह दो भाई आटा ले लो क्या उते मिठा करो पालियो कड़ा बना लियो बस हाथ जस हुंदा किसे बंदे ते वधिया बणाउंदा दारू ए समझ पासमा पुसमा पा के तेज सी फिर गोहा पथू बल्ले कमाल कर फिर जाके लोग मैं ता फेर परात चक किसदा कढ़ाई फेरिया मैं की करता ए समझ पटवारी दी केड़ी तहसील च ड्यूटी होई रा भाई बड़ा काम होया है नहीं आई नहीं उनु ताऊंगा पाऊनी कहंदे भी तू अग्गे फलाने पटवारी लगया ओ तेरा ओ पटवारी कहंदे ने उनु आए ना तेरे समझ साडे गाल समझ डगर डगर चारदा रहया ओ पाली रहया पहला ना फिर मेनू आए दस कोई गल नहीं चल चंगा है तू घर दा ढक्का तोड़दा बाहर तू परांदा चक्की फिरदा है घरे मेनू डांग लेके आउने की गल मैं तेरा देना कुछ प्रधान बैठा थी मेरे करके वरती आंदे ने लोक इन्हें तो अद्धे पिंड नाल पैर पुआ रखा मेरा हुण तू ऐ हिसाब लड़ा लप तो ऊ आ गई होनी नगदी टप दी उन्हें भाई कितने ऐ गल करती होनी भी करनैल हुरी कड़ा फेरदे फिरदे सी बस ओहदा लांबा बनाता बस एक दो दिन ही मैं थौला करूंगा देखी बाला बोल दिया चाबर चाबर ज्यादा बोल दिया चलो माड़ी गल बोलना नहीं चाहिए बंदे मोरे संदीप ना, मैं तेरे देने कथे दऊ जा देख ला, नहीं मेरा पे तो तेरी तन दौलत तेरी दत्ती हुई है देख ला। हाँ तेरे करके खड़ा जोड़े मैं इस मकाम ते हाँ उम्र भर दी सजा हो गई थी मनु वो तो तय कराया देख ला जरा पुलते बंदा बढ़िया थी अपा हाँ ना ता बहुत आसान करते मेरे ते कहने नहीं मैं तेरी दे नहीं दे सकदा सिरा ना मेरा मेरा बेनू तो की होया ठीक है हुण ऐ ता फिर तैनू पता चलदी रहंदियां ने ओ चीची ते लगी पैर दी ते गोली जी लगी थी हाँ बस ਅਹੀਂ ਗਈ ਤੀ ਕਦੇ ਲੜਾਈ ਪੜਾਈ ਤੇ ਮੈਂ ਤੇ ਕਾਕਾ ਛੋਟੇ ਮੋਟੇ ਰੌਲੇ ਤੇ ਚੱਲਦੀ ਰਹਿੰਦੇ ਨੇ ਹਾਂ ਨਾ ਨਾ ਚੰਗਾ ਮੈਂ ਤੈਨੂੰ ਹਾਂ ਤੈਨੂੰ ਹੱਥ ਨੇ ਜਾ ਲਾਉਂ ਫੋਨ ਮੈਂ ਨਾ ਨਾ ਬਸ ਇਹ ਨਾ ਖੇਚਲਾ ਕਰੀ ਤੂੰ ਪੈਸੇ ਤਾਂ ਹੈਗੇ ਮੇਰੇ ਕੋਲ ਸਭ ਕੁਛ ਆ ਹਾਂ ਹਾਂ ਠੀਕ ਆ ਨਾ ਮੈਨੂੰ ਐਂ ਦੱਸ ਉਹਨਾਂ ਵਜਨ ਤਾਂ ਤੇਰੇ 'ਚ ਹੈ ਓਡੀ ਭਾਰਾ ਹਵਾਲਾ ਚੱਕ ਰੱਖਿਆ ਹੈਗਾ ਚੱਕ ਕੇ ਤੁਰਪੇਂਗਾ ਇਹਨੂੰ ਤੈਨੂੰ ਕੀ ਪਤਾ ਕਿਤੇ ਫਿਰਨਾ ਪੈ ਜੇ ਤੈਂ ਬੜਾ ਚੱਕਣ ਨੂੰ ਨਾ ਜਾਨ ਵੀ ਚਾਹੀਦੀ ਡੌਲਿਆਂ ਚ ਬਥੇ ਜਾਨ ਐ ਤੈਨੇ ਦਾ ਫੋਨ ਤੀ ਕਹਿੰਦਾ ਦੋ ਟਰਾਲੇ ਭੇਜਾਂ ਮਰਬੇ ਦੇ ਫਿਰ ਮੰਗਾ ਲੈ ਖਾ ਲਾਂਗੇ ਮਾਂ ਭਾਈ ਇੱਥੇ ਸ਼ਬਨ ਨਹੀਂ ਰਹਿਣਾ ਲੋਕਾਂ ਨੂੰ ਇਹ ਟਕਾਊ ਇਹ ਇੱਥੇ ਕਿਹੜਾ ਚੀਜ਼ ਰਹਿੰਦੀ ਆ ਕੋਈ ਇਸ ਕਰ ਹੋਰ ਮੈਂ ਤਾਂ ਰੋਜ਼ ਵੰਡਦੀ ਆ ਲੋਕਾਂ ਚ ਘਰੇ ਖਾਣ ਨੂੰ ਤਾਂ ਤੇਰੇ ਦਾਣੇ ਨਹੀਂ ਹੈਗੇ
ਮਾਰਦੇ ਆ ਲੋਕਾਂ ਚ ਵੰਡਣ ਨੂੰ ਹੱਲ ਜੂ ਇੱਥੇ ਨਾਲੇ ਅੰਦਰ ਬਹਿ ਜਾ ਨਿਚਲਾ ਹੁਣ ਤਾਂ ਲੱਤ ਟੁੱਟੀ ਹੋਈ ਆ ਹੁਣ ਤਾਂ ਟਿੱਕੇ ਬਹਿ ਜਾ ਕਰੇ ਹੁਣ ਵੀ ਨਹੀਂ ਟਿਕਦਾ ਹੈਗਾ ਨਚਲੀ ਬਹਿ ਜਾ ਬਾਹਰ ਚ ਖੜਾ ਮੈਂ ਕਿ ਕਿਤੇ ਹੋਰ ਵੱਗ ਗਿਆ ਮੇਰੇ ਭੈੜਾ ਲੱਗਦਾ ਲੱਤ ਟੁੱਟੀ ਵੇ ਡੋਲ ਪੈ ਗਈ ਫਿਰ ਵਾਧਾ ਵੱਧ ਜੂਗਾ ਭੈੜਾ ਕਿਉਂ ਲੱਗਦਾ ਹਵੇਲੀ ਮੂਹਰੇ ਖੜਾ ਆਪਾਂ ਕਿ ਕਿਸੇ ਦੇ ਬਾਹਰ ਚ ਖੜੇ ਆ ਹੈ ਹੈ ਵੇ ਸੱਚੀ ਉਹ ਹਵੇਲੀ ਹੈ ਕਿ ਮੈਨੂੰ ਘੱਟ ਦਿਖਣ ਲੱਗ ਗਿਆ ਕੀ ਹੋ ਗਿਆ ਤੇਰਾ ਬੇੜਾ ਬਹਿ ਜਾ ਤੇਰਾ ਕੰਜਰ ਦਾ ਹੈ ਜਿਹਦਾ गल तां खरे जी भी छत्ती आ बहुत बद रहे की चक्या जाऊ ए छतीर है तां ए की बद है हुण हरे कड्डा मैं इसे सहारे खड़ा थी लत्तां थक गई नी जान किथे रही आ मेरे च